ਅਸਲਾਮ ਅਲੈਕਮ, ਗਾਹ ਨੂੰ ਆ ਜਾ। ਅਸੀਂ ਨਾ ਜੀ ਇਸ ਟਾਈਮ ਖਲੋਤੇ ਹਾਂ ਪਾਣੀ ਵਾਲੀ ਹੋਦੀ, ਡੰਗਰਾਂ ਲਈ ਪਾਣੀ ਵਾਲੀ ਹੋਦੀ ਆ। ਅੱਜ ਮੈਂ ਤੁਹਾਨੂੰ ਦੱਸਣਾ ਵੀ ਡੰਗਰਾਂ ਦਾ ਕੈਲਸ਼ੀਅਮ ਪੂਰਾ ਕਿੱਦਾਂ ਕਰੀਦਾ। ਡੰਗਰਾਂ ਦੇ ਕੈਲਸ਼ੀਅਮ ਨਾਲ ਉਹਨਾਂ ਦੇ ਸਿੰਘ ਬਣਦੇ ਆ, ਖੁਰ ਬਣਦੇ ਆ, ਡੰਗਰ ਮੋਟਾ ਹੁੰਦਾ, ਤਰੋ ਤਾਜ਼ਾ ਹੁੰਦਾ। ਬੰਦੇ ਕਹਿੰਦੇ ਨਾ ਵੀ ਡੰਗਰ ਮਾੜਾ ਮੋਟਾ ਨਹੀਂ ਹੁੰਦਾ, ਵੀ ਇਹਨੂੰ ਖਵਾ ਪਿਆ ਕੇ ਬਥੇਰਾ ਕੁਝ ਦੇ ਆ, ਵੀ ਵੰਡਾ ਪਾ ਕੇ ਦੇਖ ਲਿਆ, ਪੱਠੇ ਰਜਾਰ ਜਾ ਕੇ ਪਾ ਲਿਆ, ਵੀ ਮੋਟਾ ਨਹੀਂ ਹੁੰਦਾ, ਵੀ ਜਿੱਦਾਂ ਖਾਂਦਾ ਉੱਦਾਂ ਹੀ ਗੋਹਾ ਕਰ ਦਿੰਦਾ। ਆਹ ਮੈਂ ਤੁਹਾਨੂੰ ਐਸਾ ਨੁਸਖਾ ਦੇਣ ਲੱਗਿਆ ਵੀ ਡੰਗਰ ਮੋਟਾ ਕਿੱਦਾਂ ਨਹੀਂ ਹੁੰਦਾ। ਮੈਂ ਲਿਆ ਜੀ ਚੂਨਾ, ਆਹ ਕਲੀ ਪੱਕੀ ਕਲੀ ਲਈ ਆ, ਉਹ ਲਿਆ ਕੇ ਕੁੱਟ ਕੇ ਅਤੇ ਇੱਦਾਂ ਕੱਪੜੇ ਦੇ ਵਿੱਚ ਗੰਢੋਰੀ ਬੰਨ ਲਈ। ਆਹ ਗੰਢੋਰੀ ਬੰਨ ਕੇ ਗਾਹ ਨੂੰ ਕੈਮਰਾ ਲਿਆ, ਇਹ ਲੈ, ਇਹ ਇੱਦਾਂ ਪਾਣੀ ਵਾਲੀ ਹੋਦੀ ਹੈ ਸਾਡੀ, ਉੱਤੇ ਲਿਆ ਕੈਮਰਾ, ਇਹ ਪਾਣੀ ਵਾਲੀ ਹੋਦੀ ਦੇ ਵਿੱਚ ਨਾ ਇਹ ਮੈਂ ਇੱਦਾਂ ਰੱਖਤਾ, ਇੱਦਾਂ ਇੱਥੇ ਕੁ ਰੱਖ ਦਿੰਦਾ, ਇੱਥੇ ਰੱਖ ਦਿੰਦਾ। ਆਹ ਪਾਣੀ ਵਾਲੀ ਹੋਦੀ ਦੇ ਵਿੱਚ ਨਾ ਇੱਦਾਂ ਇੰਨਾ ਕੁ ਚੂਨਾ ਬੰਨ ਕੇ ਕੁੱਟ ਕੇ ਬਰੀਕ ਕਰਕੇ ਅਤੇ ਉਹ ਪਾਣੀ ਵਾਲੀ ਹੋਦੀ 'ਚ ਰੱਖ ਦੇਣਾ। ਹੁਣ ਡੰਗਰ ਆਉਣਗੇ ਇੱਥੇ ਪਾਣੀ ਪੀਣਗੇ, ਉਹਨਾਂ ਦਾ ਕੈਲਸ਼ੀਅਮ ਪੂਰਾ ਹੋ ਜਾਊਗਾ। ਦਿਨਾਂ ਦੇ ਵਿੱਚ ਡੰਗਰਾਂ ਦੇ ਉੱਤੇ ਪਿਲਤੀ ਆਜੂਗੀ, ਬੰਦੇ ਪੁੱਛਣਗੇ ਭਾਈ ਖਮਾਨਾ ਕੀ ਆ, ਡੰਗਰਾਂ ਦੇ ਸਿੰਘ ਲਸ਼ਕਣਗੇ, ਖੁਰ ਲਸ਼ਕਣਗੇ। ਅਤੇ ਇੱਕ ਤੁਹਾਨੂੰ ਅੱਜ ਇਹ ਗੱਲ ਦੱਸਣੀ ਸੀ ਬੜੀ ਜ਼ਰੂਰੀ ਡੰਗਰਾਂ ਵਾਲੇ ਬੰਦਿਆਂ ਵਾਸਤੇ। ਦੂਜਾ ਅੱਜ ਮੈਂ ਤੁਹਾਨੂੰ ਦੱਸਣਾ ਵੀ ਗੰਢੇ ਦੇਣ ਦਾ ਸੌਖਾ ਤਰੀਕਾ, ਜਿੱਦਾਂ ਉੱਦਾਂ ਤੁਹਾਨੂੰ ਦੱਸਿਆ ਵੀ ਤੇਲ ਦੇਣ ਦਾ ਸੌਖਾ ਤਰੀਕਾ ਕੀ ਆ। ਬੰਦੇ ਕੀ ਕਰਦੇ ਆ ਗੰਢਿਆਂ ਨਾਲ ਡੰਗਰਾਂ ਨਾਲ ਘੋਲ ਘੋਲ ਕੇ ਨਾ, ਅਤੇ ਐਵੇਂ ਧੂੰਆਂ ਕਢਾ ਲੈਂਦੇ, ਗੰਢੇ ਵੀ ਨਹੀਂ ਡੰਗਰ ਖਾਂਦੇ। ਉਹ ਮੈਂ ਤੁਹਾਨੂੰ ਅੱਜ ਸੌਖਾ ਤਰੀਕਾ ਦੱਸਦਾ। ਸਾਡੇ ਕੋਲ ਆਸਫ ਸਾਹਿਬ ਖਲੋਤੇ, ਆਸਫ ਸਾਹਿਬ ਸਾਡੀ ਆ ਜਿਹੜੀ ਅੱਜ ਦੀ ਫਿਲਮ ਬਣ ਰਹੀ ਹੈ, ਇਹਦੇ ਵਿੱਚ ਫਿਲਮ ਦੇ ਵਿੱਚ ਤੁਹਾਨੂੰ ਗਾਣਾ ਵੀ ਲੱਭੂਗਾ, ਹੀਰਵਨ ਭਾਵੇਂ ਨਹੀਂ ਹੈ ਪਰ ਗਾਣਾ ਇਹਦੇ ਵਿੱਚ ਜ਼ਰੂਰ ਆਊਗਾ। ਤੁਸੀਂ ਸਾਨੂੰ ਕੋਈ ਸੁਣਾਓ, ਫਿਰ ਮੈਂ ਤੁਹਾਡਾ ਤਾਰਾ ਬਾਅਦ 'ਚ ਕਰਾਉਣਾ। ਪੱਥਰ ਦੀ ਇਮਾਰਤ ਹੈ ਉਹ ਜਿੱਥੇ ਜਾ ਕੇ ਬਹਿਨੇ ਆਹਾਂ, ਉਹ ਤੇਰਾ ਪਤਾ ਨਹੀਂ ਮਿਲਦਾ, ਉਂਝ ਨਾਮ ਤਾਂ ਲੈਨੇ ਆ। ਉਹ ਬੜਾ ਖੋਰੂ ਪਾਇਆ ਏ ਉਹ ਕੁੱਟ ਤਬਲਿਆ ਹੱਥਾਂ ਨੇ, ਉਹ ਜਿੰਨਾ ਨੂੰ ਤੂੰ ਦਿਸਦਾ ਏ ਰੱਬਾ, ਉਹ ਕੋਈ ਹੋਰ ਹੀ ਅੱਖਾਂ ਨੇ, ਉਹ ਕੋਈ ਹੋਰ ਹੀ ਅੱਖਾਂ ਨੇ। ਉਹ ਮੇਰੀ ਬੇਬੇ ਦੀਆਂ ਅੱਖਾਂ ਨੇ, ਉਹ ਮੇਰੇ ਪੀਰ ਦੀਆਂ ਅੱਖਾਂ ਨੇ, ਉਹ ਸਾਈਂ ਨਜੀਬ ਦੀਆਂ ਅੱਖਾਂ ਨੇ। ਬਾਈ ਰਜਾਣੇ ਤੋਂ ਆਇਆ, ਕਿਹੜੇ ਪਿੰਡ ਤੋਂ? 358 ਗਾਹਬੇ ਗੰਜੂ, ਰਜਾਣਾ, ਜ਼ਿਲ੍ਹਾ ਟੋਬਾ ਟੈਕਸਿੰਗ। ਸਾਈਂ ਆਸਫ ਅਲੀ ਆਸਫ ਨਾਮ ਆ ਜੀ, ਅਤੇ ਇਹ ਕਮਰ ਗਿਰੇਵਾਲ ਦਾ ਬਹੁਤ ਸ਼ਦਾਈ ਆ, ਬਹੁਤ ਸ਼ੌਕੀਨ ਆ, ਕਹਿੰਦਾ ਮੇਰੇ ਖਾਬਾਂ 'ਚ ਆਉਂਦਾ ਹੈ। ਹਾਂ, ਖਾਬਾਂ 'ਚ ਕਹਿੰਦਾ ਮੈਂ ਮਿਲਿਆ, ਇਹ ਉਂਝ ਵੀ ਮਿਲਾਵਾਂਗੇ, ਉਹਨੇ ਰੱਬ ਖੈਰ ਕਰੇ ਆਉਣਾ ਪਾਕਿਸਤਾਨ, ਮਿਲਾਵਾਂਗੇ ਉਹਦੇ ਨਾਲ ਉਂਝ ਵੀ। ਅੱਛਾ ਜੀ, ਅਸੀਂ ਕੈਲਸ਼ੀਅਮ ਵਾਲੀ ਗੱਲ ਸਮਝ ਆ ਗਈ ਤੁਹਾਡੀ? ਕੈਲਸ਼ੀਅਮ ਵਾਲੀ ਆ ਤਕੀ ਗੱਲ, ਕਿਉਂਕਿ ਚੂਨਾ ਕੈਲਸ਼ੀਅਮ ਹੀ ਹੁੰਦਾ, ਲਾਗੇ ਕਰ ਲਓ, ਚੂਨਾ ਕੈਲਸ਼ੀਅਮ ਹੀ ਹੁੰਦਾ ਵਾ ਇਹ, ਕਿਉਂਕਿ ਵੈਸੇ ਤਾਂ ਚੂਨਾ ਜਿਹੜਾ ਡਾਇਰੈਕਟ ਤਾਂ ਖਤਰਨਾਕ ਆ, ਲੇਕਿਨ ਜਦੋਂ ਪਾਣੀ 'ਚ ਪੈਂਦਾ ਫਿਰ ਇਹ ਬੁੱਝ ਜਾਂਦਾ ਵਾ, ਫਿਰ ਏਡਾ ਨੁਕਸਾਨ ਨਹੀਂ ਦਿੰਦਾ। ਹਾਂ, ਕੈਲਸ਼ੀਅਮ ਡੰਗਰਾਂ ਦਾ ਪੂਰਾ ਹੋ ਜਾਂਦਾ। ਹੁਣ ਆਪਾਂ ਮੜ ਜਾ ਦੱਸ ਦਈਏ ਵੀ ਡੰਗਰਾਂ ਨੂੰ ਗੱਠੇ ਕਿੱਦਾਂ ਦੇਈਦੇ? ਬਿਲਕੁਲ ਹੈ। ਅੱਛਾ ਜੀ, ਗੱਠੇ ਦੇਣ ਦਾ ਤਰੀਕਾ ਹੈ ਵੀ ਜਦੋਂ ਗੱਠਿਆਂ ਨੂੰ ਆਪਾਂ ਕੱਟ ਦਿੰਦੇ ਹਾਂ ਨਾ, ਗੱਠਿਆਂ 'ਚ ਆ ਜਾਂਦੀ ਮੁਸ਼ਕ, ਡੰਗਰ ਨੂੰ ਪਤਾ ਲੱਗ ਜਾਂਦਾ ਵੀ ਇਹ ਗੱਠੇ ਆ। ਤਾਂ ਕਰਨਾ ਕੀ ਹੈ, ਤੁਸੀਂ ਕੱਟਣਾ ਨਹੀਂ, ਵੀ ਡੰਗਰ ਨੂੰ ਪਤਾ ਨਾ ਲੱਗੇ ਵੀ ਮੈਨੂੰ ਖਵਾ ਕੀ ਰਿਹਾ। ਕੱਟੇ ਹੋਏ ਗੱਠੇ ਦੇ ਵਿੱਚੋਂ ਆਉਂਦੀ ਆ ਮੁਸ਼ਕ, ਡੰਗਰ ਨੂੰ ਪਤਾ ਲੱਗ ਜਾਂਦਾ ਵੀ ਇਹ ਗੱਠਾ, ਅਤੇ ਜਦੋਂ ਕੱਟੋਗੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਕੀ। ਹੁਣ ਇਹ ਸਮਝ ਲਈ ਵੀ ਇਹ ਲੱਡੂ ਆ, ਲੈ ਆ ਤੁਹਾਡੇ ਸਾਹਮਣੇ ਖਾ ਗਈ ਇਹ। ਹੁਣ ਮੱਝ ਸੂਣ ਵਾਲੀ ਆ, ਜੇ ਇਹਨੂੰ ਮੈਂ ਉਂਝ ਕੱਟ ਕੇ ਦਿੰਦਾ, ਘੋਲ ਕੇ ਦਿੰਦਾ, ਢਾ ਕੇ ਦਿੰਦਾ, ਮੱਝ ਦਾ ਵੀ ਨੁਕਸਾਨ ਸੀ, ਸਾਡਾ ਵੀ ਨੁਕਸਾਨ ਸੀ। ਬਿਲਕੁਲ ਪਸੰਦ ਕੀਤਾ, ਉਹਨੂੰ ਪਤਾ ਹੀ ਨਹੀਂ ਵੀ ਇਹ ਖਵਾ ਕੀ ਰਿਹਾ, ਕਿਉਂ ਜਦੋਂ ਗੱਠਾ ਕੱਟਾਂਗੇ ਇਹਨੂੰ ਮੁਸ਼ਕ ਨਹੀਂ ਆਊਗੀ, ਪਤਾ ਨਹੀਂ ਲੱਗਣਾ ਵੀ ਕੀ ਹੈ। ਇਹ ਫਾਰਮੂਲਾ ਮੇਰੇ ਲਈ ਵੀ ਨਵਾਂ ਵਾ, ਅਸੀਂ ਤੇ ਚੋਕਰ ਤੇ ਰਲਾ ਕੇ ਦਿੰਦੇ ਰਹੇ ਹਾਂ। ਨਾ, ਚੋਕਰ ਚਾਕਰ ਦੇ ਵਿੱਚ ਤੇਲ ਤਾਂ ਦੇ ਹੁੰਦਾ, ਗੱਠੇ ਨਹੀਂ ਦੇ ਹੁੰਦੇ। ਅੱਛਾ, ਫਿਰ ਵੱਡੀ ਗੱਲ ਤੁਹਾਨੂੰ ਮੈਂ ਦੱਸਾਂ ਵੀ ਇਹ ਵੱਡਾ ਗੱਠਾ ਨਹੀਂ ਲੈਣਾ, ਗੱਠਾ ਲੈਣਾ ਨਿੱਕਾ, ਛੋਟਾ। ਹਾਂ, ਵੱਡਾ ਗੱਠਾ ਲਾਓਗੇ ਨਾ ਤੇ ਉਹ ਮੂੰਹ 'ਚ ਜਾ ਕੇ ਅੜ ਜੂ, ਮੱਝ ਨੂੰ ਚੱਬਣਾ ਔਖਾ ਹੋ ਜੂ। ਉਹਨੇ ਨੀਚੇ ਚੱਕ ਲਿਆ, ਅੱਲਾ ਸਾ ਹੇਠਾਂ ਡਿੱਗਿਆ ਸੀ, ਹੇਠਾਂ ਚੱਕ ਕੇ ਖਾ ਗਈ ਮੱਝ।
ਆਹ ਗੱਠੇ ਦੇਣ ਦਾ ਸੌਖਾ ਤਰੀਕਾ ਵੀ ਵੱਡਾ ਗੱਠਾ ਨੀ ਲੈਣਾ, ਨਿੱਕਾ ਗੱਠਾ ਲੈਣਾ, ਉਹਨੂੰ ਕੱਟਣਾ ਨੀ, ਹਾਂ ਇਸ ਦਾ ਸਾਜ਼ ਵੀ ਇਹ ਏਦਾਂ ਹੋ ਜਾਵੇ। ਗੱਠੇ 20 ਰੁਪਈਏ ਹੋ ਜਾਂਦੇ। ਇਹ ਚਾਚਾ ਮੁਸਤਫਾ ਜੀ ਸਾਡਾ, ਇਹਨੂੰ ਉਂਝ ਅਸੀਂ ਪਿਆਰ ਨਾਲ ਕਿੰਨੂ ਸਾਧਿਆ, ਜਿਹੜਾ ਦੇਗ ਵਾਲਾ ਉਦਾਂ ਜਰਦੇ ਦੀ ਦੇਗ ਪਕਾਈ, ਤੁਹਾਨੂੰ ਯਾਦ ਆ। ਅੱਛਾ ਦੱਸ ਕਿਆ ਹੱਥੀ ਜ਼ੁਲਮ ਕਿੱਦਾਂ ਦੀ? ਬਹੁਤ ਅੱਛੀ ਆ ਜੀ, ਠੀਕ ਠਾਕ ਆ ਜੀ। ਅੱਛਾ ਇਹ ਟੋਬੇ ਦੀ ਬਣੀ ਹੈ? ਤੋਹਫਾ ਜੀ, ਬੜਾ ਫਸਟ ਕਲਾਸ ਤੋਹਫਾ ਹੈ। ਵਿੱਚ ਚੁਗਲ ਵੀ ਪਿਆ, ਚੁਗਲ ਵੀ ਨਾਲ ਕੱਲਿਆ। ਤੋਹਫਾ ਜੀ ਬੜਾ, ਹਾਂ ਪੜਨ ਲਈ ਵੀ ਆਸਾਨੀ ਹੈ। ਚਲੋ ਤੂੰ ਧਿਆਨ ਨਾ ਕਰ, ਤੂੰ ਉਹਦਾ ਵਿਚਾਰੀ ਦੀ ਧੌਣ ਨਾ ਲਾ ਦੀ, ਉਹ ਧਿਆਨ ਨਾ ਕਰ। ਹਾਂਜੀ ਅੱਗੇ ਬਾਬੇ ਇਸ ਉਮਰ ਦੇ ਵਿੱਚ ਦੋਤੇ ਪੋਤੇ ਖੜਾਉਂਦੇ ਸੀਗੇ, ਇਹ ਕੁੱਤਾ ਲਈ ਫਿਰਦਾ। ਅੱਗੇ ਮੈਂ ਕੁੱਤਾ ਇੱਕ ਵੀਡੀਓ ਦੇ ਵਿੱਚ ਖਸੂਸੀ ਤੌਰ 'ਤੇ ਮੰਗਿਆ ਸੀ, ਬੰਦਿਆਂ ਨੂੰ ਅਸਰ ਕੋਈ ਨਹੀਂ ਹੋਇਆ, ਅਤੇ ਹੁਣ ਵੀ ਦੇਖ ਲਓ ਭਾਈ, ਜੇ ਕੁੱਤਾ ਸਾਨੂੰ ਕੋਈ ਜਰਮਨ ਸ਼ਾਫਟ ਦੇ ਦੇਵੇ। ਇੱਕ ਦੋ ਜਗ੍ਹਾ 'ਤੇ ਦੇਖਿਆ ਕੁੱਤਾ, ਅਤੇ ਉਹ ਪੈਸੇ ਬੜੇ ਮੰਗਦੇ। ਉਹ ਜਿਹੜੇ ਕੁੱਤਿਆਂ ਦੀ ਮੈਂ ਤੈਨੂੰ ਦਿਖਾਈ ਸੀ ਨਾ ਫੋਟੋ, ਇੱਧਰ ਆ ਜਾਓ। ਉਹ ਜਿਹੜੇ ਕਹਿ ਰਹੇ ਸੀ ਵੀ ਕੁੱਤੇ, ਤੁਸੀਂ ਕਿਹਾ ਵੀ ਨਹੀਂ, ਉਹ ਕੁੱਤੇ ਵੀ ਕੋਈ $3,500 ਦਾ ਕੁੱਤਾ ਜੋੜੀ ਜਿਹੜੀ ਯਾਰ ਕੁੱਤੇ ਦੀ। ਚੌਰੀ ਸਾਹਿਬ ਕਦੀ ਸੋਚਿਆ ਸੀ ਕੁੱਤੇ ਵਿਕਣਗੇ? ਨਹੀਂ ਸੋਚਿਆ। ਤੂੰ ਵੇਚਣਾ? ਨਾ ਨਾ, ਤੂੰ ਮਰਬਾ ਜ਼ਮੀਨ ਦਾ ਲਾਉਦਾ, ਮੈਂ ਦਿੱਤਾ ਨਹੀਂ ਹੈਗਾ, ਚੰਗਾ ਰਹਿ ਗਿਆ ਬਈ ਤੂੰ। ਲੈ ਇਹਨੂੰ ਹੁਣ ਪਤਾ ਹੈ ਘਰ ਦਾ, ਪਹੁੰਚ ਜੂਗਾ ਕਿ ਭਾਜੀ ਨਾ ਜਾਵੇ, ਇਹਨੂੰ ਪਛਾਣ ਲੈ। ਇੱਦਾਂ ਬਲਕਿ ਖੇਡੇ ਸਹੀ ਆ। ਚੋਰੀ ਆਸ਼ਕ ਅਲੀ ਤਰਮੇੜੀ ਵਾਲਾ, ਇਹਨੇ ਚਲਾ ਜਾਣਾ ਘਰ ਤੋਂ, ਛੱਡ ਮੇਰੀ ਸੁਣ ਤੂੰ। ਟਮਾਟਰ ਦੇਖ ਜਿੱਦਾਂ ਅੰਗੂਰਾਂ ਦੇ ਗੁੱਛੇ ਨੇ, ਟੁੱਟ ਜਾਣ, ਇਹਨਾਂ ਕੋਲ ਟੁੱਟਣੇ ਨਹੀਂ। ਹਾਂ ਇਹ ਗੱਲ ਸਹੀ ਕੀਤੀ ਆਸ਼ਕ ਅਲੀ ਨੇ, ਕਹਿੰਦਾ ਵੀ ਜੇ ਹੁਣ ਟੁੱਟ ਜਾਣ, ਦੇਖ ਕੇ ਗੁੱਛੇ ਲੱਗੇ ਆ, ਇੱਧਰ ਨੂੰ ਦਿਖਾ ਲੱਗ ਕੇ ਕਰ, ਅੰਗੂਰਾਂ ਤਰ੍ਹਾਂ ਜਿੱਦਾਂ ਅੰਗੂਰਾਂ ਦੇ ਗੁੱਛੇ ਲੱਗੇ ਹੁੰਦੇ ਇੱਦਾਂ। ਅੱਗੇ ਅੰਦਰ ਯਾਰ ਹੁਣ ਦੇਖ ਨਾ, ਹੁਣ ਆਹ ਵੱਲ ਸਾਰੀ ਤੇ ਕੱਚਾ, ਆਹ ਹੁਣ ਆਸ਼ਕ ਅਲੀ ਆ ਦੇਖ, ਆਹ ਰੰਗ ਬਦਲੇ। ਮੈਂ ਕਹ ਰਿਹਾ ਜਿਹੜੇ ਹੁਣ ਇਹ ਤਿਆਰ ਹੋ ਗਿਆ ਨਾ, ਸਾਈਜ਼ ਪੂਰਾ ਬਣ ਗਿਆ, ਤੇ ਇਹਨੇ ਕੀ ਪਕਣਾ, ਇਹਨੇ ਰੰਗ ਬਦਲਿਆ। ਤੇ ਆਸ਼ਕ ਅਲੀ ਇੱਧਰ ਦੇਖ, ਖਾ ਕੇ ਦੇਖੇਗਾ ਨਾ, ਤੇ ਇੱਦਾਂ ਜਿੱਦਾਂ ਖਰਬੂਜਾ ਮਿੱਠਾ ਨਹੀਂ ਖਾ ਲਿਆ ਆ। ਮਿੱਠਾ ਪਿਆ, ਗਾਜਰ ਬੂਟੀ ਇਹ ਨਹੀਂ ਹੋਣੀ ਚਾਹੀਦੀ ਬਿਲਕੁਲ ਹੀ, ਜਿਹੜਾ ਨਹੀਂ ਉਹ ਫਿਰ ਇਹ ਬੂਟੀ ਅਸੀਂ ਵੜ ਦਿੱਤੀ ਆ, ਪਰ ਬੂਟੀ ਇੱਥੇ ਹੋ ਬਹੁਤ ਗਈ, ਨਹਿਰ ਦੇ ਪਾਣੀ ਦੇ ਵਿੱਚ ਨਾ ਸਾਨੂੰ ਤੋਹਫਾ ਮਿਲਿਆ। ਹਾਂ ਇਹ ਚਾਦਰੋਂ ਆਇਆ, ਇੰਡੀਆ ਦੇ ਵਿੱਚੋਂ ਆਈ ਆ ਨਾ, ਦਰਿਆਵਾਂ ਦੇ ਵਿੱਚ ਚੜਦੇ। ਆਹ ਗਾਜਰ ਬੂਟੀ ਆ, ਰਾਣਾ ਸਾਹਿਬ ਸਿਰ ਤਾਂ ਪਰਾਂ ਕਰਿਓ। ਇਹਦੇ 'ਚ ਤੂੰ ਕੈਮਰਾਮੈਨ ਆ, ਤੂੰ ਚੁੱਪ ਰਹਿ, ਹਾਂ ਤੇਰੀ ਆਵਾਜ਼ ਤਾਂ ਆਉਣੀ ਨਹੀਂ, ਸਪੀਕਰ ਤਾਂ ਸਾਡੇ ਕੋਲ। ਇਹ ਨਾ ਆਸ਼ਕ ਅਲੀ ਇੱਥੇ ਆਈ ਇੱਕ ਮਾੜਾ ਜਿਹਾ, ਇਹ ਗਾਜਰ ਬੂਟੀ ਆ, ਇਹ ਦੱਸਦੇ ਆ ਵੀ ਦਿਲ ਨੂੰ ਵੀ ਮਾੜੀ ਆ, ਦਿਲ ਨੂੰ ਇੱਦਾਂ ਮਾੜੀ ਆ ਵੀ ਜਦੋਂ ਫਸਲ ਦੇ ਤਬਾਹੀ ਲੱਸ ਜਾਣੀ ਆ, ਮਾਲਕ ਦੇ ਦਿਲ 'ਤੇ ਹੀ ਪੈਣੀ ਆ ਗੱਲ, ਨੁਕਸਾਨ ਦਿਲ ਨੂੰ। ਇਹਨੂੰ ਕੋਈ ਜਾਨਵਰ ਨਹੀਂ ਖਾਂਦਾ, ਇਹ ਜਿੱਥੇ ਹੋਵੇ ਨੇੜੇ ਨੇੜੇ ਪੌਦੇ ਨੂੰ ਵੀ ਇਹ ਲੈ ਜਾਂਦੀ ਆ। ਉਹ ਰਾਣਾ ਸਾਹਿਬ ਅਸੀਂ ਪਿਛਲੇ ਸਾਲ ਨਾ ਸਾਡੀ ਚਰੀ ਦੇ ਵਿੱਚ ਖਾਰ ਕਿਹੜੇ ਗਾਚੇ 'ਚ ਹੋ ਗਈ, ਅਸੀਂ ਉਹ ਵੱਢ ਕੇ ਡੰਗਰਾਂ ਨੂੰ ਪਾਇਆ, ਵਿੱਚ ਇਹ ਬੂਟੀ ਚਲੇ ਗਈ, ਦੁੱਧ ਹੀ ਕੌੜਾ ਹੋ ਗਿਆ। ਹਾਂ ਨਹੀਂ ਨਹੀਂ, ਦੁੱਧ ਨਹੀਂ ਪੀਣ ਵਾਲਾ ਰਿਹਾ, ਦੁੱਧ ਕੌੜਾ ਹੋ ਗਿਆ। ਸ਼ੂਗਰ ਨੂੰ ਵੀ ਖਤਮ ਕਰਦੀ ਆ। ਨਹੀਂ ਇਹ ਤਾਂ ਬਹੁਤ ਜ਼ਹਿਰ ਆ, ਖਤਮ ਕਰਦੀ ਆ, ਇਹ ਬੰਦੇ ਨੂੰ ਵੀ ਖਤਮ ਕਰਦੀ। ਨਹੀਂ ਮੇਰੀ ਗੱਲ ਸੁਣ, ਤੂੰ ਜੇ ਕੌੜੀ ਸ਼ਾਇਦ ਰਗੜ ਕੇ ਪੀਣੀ ਆ, ਤੂੰ ਨਿੰਬ ਪੀ ਲਾ, ਤੂੰ ਜ਼ਰੂਰ ਹੈ। ਹਾਂ ਸ਼ੂਗਰ ਵਾਲਾ ਬੰਦਾ ਨਾ ਖਾਵੇ ਇਹਨੂੰ, ਉਹ ਸ਼ੂਗਰ ਵਾਲਿਆਂ ਨੇ ਜੇ ਕੌੜੀ ਸ਼ਾਇਦ ਖਾਣੀ ਹੈ ਨਾ, ਜਾਂ ਕਰੇਲਿਆਂ ਦੇ ਪੱਤੇ ਕੁੱਟ ਲਵੇ, ਅਤੇ ਜਾਂ ਫਿਰ ਨਿੰਬ ਦੀ ਨੰਬੋਲੀਆਂ ਦੀ ਗਟਕਾਉਣੀਆਂ ਕੁੱਟ ਲਵੇ, ਇਹ ਜ਼ਰੂਰ ਕੁੱਟਣੀ। ਇਹਦਾ ਬੀਜ ਨਹੀਂ ਮਰਦਾ, ਇਹ ਗਾਂਹ ਤੋਂ ਗਾਂਹ ਵੱਧਦੀ ਰਹਿੰਦੀ ਆ, ਤੇ ਵੱਢ ਵੱਢ ਕੇ ਅਸੀਂ ਦੇਖੀ ਆ,
ਚਲੋ ਬੂਟੀ ਨੂੰ ਛੱਡੋ ਯਾਰ, ਆਪਾਂ ਆਏ ਆ ਸਬਜ਼ੀ ਦਿਖਾਉਣ ਵਾਸਤੇ। ਆਹ ਸਾਡੇ ਟਮਾਟਰ ਪਏ ਆ ਜੀ, ਇਹ ਟਮਾਟਰ ਤੋੜੇ ਆ ਵਿੱਚੋਂ। ਆ ਤੁਸੀਂ ਦੇਖ ਰਹੇ ਹੋਣੇ ਵੀ ਤੁਸੀਂ ਵਿੱਚ ਹਰੇ ਪਾਏ ਆ, ਵਿੱਚ ਦੋ ਨੰਬਰ ਗ੍ਰੀਨ, ਨਹੀਂ ਹਰੇ ਨਹੀਂ ਹੈਗੇ, ਇੱਕ ਇੱਕ ਪਾਸਾ ਲਾਲ ਆ, ਇੱਕ ਇੱਕ ਪਾਸਾ ਹਰਾ। ਸਵੇਰ ਨੂੰ ਮੰਡੀ ਤੱਕ ਮੇਰੇ ਨੂੰ ਵੀ ਦਿਖਾ ਦੇਣਾ, ਮੈਨੂੰ ਵੀ। ਗੱਲ ਮੈਂ ਕਰ ਰਿਹਾ ਨਾ, ਇਹ ਟਮਾਟਰ ਜਦੋਂ ਸਵੇਰੇ ਅੜ ਤੱਕ ਜਾਣੇ, ਜਾਂਦੇ ਨੂੰ ਲਾਲ ਹੋ ਜਾਣੇ, ਸਵੇਰੇ ਸਾਰੇ ਲਾਲੋ ਲਾਲ ਲਾਲੋ ਲਾਲ ਹੋ ਜਾਣੇ। ਟਮਾਟਰ ਨਹੀਂ ਗੱਲ ਕਰ ਰਹੇ, ਗੱਲ ਮੈਂ ਕਰ ਰਿਹਾ ਹੋਵਾਂ, ਮੇਰੇ ਵੱਲ ਤੂੰ ਕਰਨਾ ਕੈਮਰਾ। ਅੱਛਾ ਅੱਗੇ ਆ ਜਾਓ ਜੀ, ਆਹ ਕਾਲੀ ਤੋਰੀ ਆ, ਮਾਸ਼ਾਅੱਲਾ। ਕਾਲੀ ਤੋਰੀ ਨਾ ਕਿਤੇ ਤੁਸੀਂ ਸਬਜ਼ੀ ਨਾ ਤਾਜ਼ੀ ਤੋੜ ਕੇ ਪਕਾਓ ਨਾ, ਉਹਦਾ ਆਪਣਾ ਹੀ ਸਵਾਦ ਆ। ਤਾਜ਼ੀ ਸ਼ਿਮਲਾ ਤੋੜ ਕੇ ਤਾਜ਼ੀ ਹੋਵੇ, ਤਾਜ਼ੀ ਕਾਲੀ ਤੋਰੀ ਹੋਵੇ। ਮੈਂ ਕਹਿੰਦਾ ਮੋਟੇ ਗੋਸ਼ਤ ਨੂੰ ਵੀ ਪਰਾਂ ਕਰਦੀ ਅੱਜ ਕੱਲ੍ਹ ਕਾਲੀ ਤੋਰੀ ਦੇ ਵਿੱਚ। ਕਾਲੀ ਤੋਰੀ 'ਚ ਗੋਸ਼ਤ ਪਾ ਕੇ ਖਾਇਆ, ਸ਼ਿਮਲਾ 'ਚ ਗੋਸ਼ਤ, ਸ਼ਿਮਲਾ ਮੇਰੀ ਗੋਸ਼ਤ ਤੇਰਾ ਆ ਜਾ ਸਵੇਰੇ। ਅੱਛਾ ਇਹ ਨਾਲੇ ਨੈੱਟ 'ਤੇ ਚੜ੍ਹੀ ਹੋਈ ਹੈ, ਇਹਨੂੰ ਕੋਈ ਦਾਗ ਵੀ ਨਹੀਂ ਹੈ, ਹੈ ਵੀ ਬੜੀ ਸਾਫ਼ ਸੁਥਰੀ ਹੈ, ਉਹ ਜਾਲ 'ਤੇ ਚੜ੍ਹੀ ਹੋਈ ਹੈ। ਹਾਂ ਜਾਲ 'ਤੇ ਚੜ੍ਹੀ ਹੋਈ, ਮੈਂ ਕਿਹਾ ਪਤਾ ਨਹੀਂ ਆ ਨੈੱਟ ਦੀ ਗੱਲ ਕਰ, ਨੈੱਟ 'ਤੇ ਵੀ ਚੜ੍ਹ ਜਾਣੀ ਹੈ ਹੁਣ। ਹਾਂ ਨੈੱਟ 'ਤੇ ਵੀ ਹੁਣ ਚੜ੍ਹ ਜਾ, ਹੁਣ ਨੈੱਟ 'ਤੇ ਵੀ ਚੜ੍ਹ ਜਾਣੀ। ਕਾਲੀ ਤੋਰੀ ਹੈ ਜੀ ਬੜੀ, ਮਾਸ਼ਾਅੱਲਾ ਬੜੀ ਸੋਹਣੀ ਕਾਲੀ ਤੋਰੀ ਹੈ। ਆਹਦੇ ਐਂ ਲਵੀ ਲਵੀ ਆ, ਇੰਜ ਬਰੀਕ ਬਰੀਕ, ਅਤੇ ਆਹ ਟਮਾਟਰ ਆ ਗਾਹਾਂ। ਆ ਜਾਓ ਕਾਲੀ ਤੋਰੀ ਦਾ ਜਿਹੜਾ ਸਵੇਰ ਟਾਈਮ ਫੁੱਲ ਬਹੁਤ ਖਿੜਦਾ, ਹਾਂ ਐਡਾ ਐਡਾ ਫੁੱਲ ਹੁੰਦਾ, ਸਵੇਰੇ ਤੜਕੇ ਖਿੜਿਆ ਹੁੰਦਾ, ਅਤੇ ਇਸ ਟਾਈਮ ਨਾ ਮੁਰਝਾ ਜਾਂਦਾ ਫੁੱਲ। ਬੰਦਾ ਅੱਜ ਅਸੀਂ ਅਣਜਾਣ ਫੜ ਬੈਠੇ ਹਾਂ, ਤੂੰ ਦਿਖਾ ਕਾਲੀ ਤੋਰੀ ਵੱਲ ਨੂੰ ਆ ਨਾ, ਤੂੰ ਸਾਡੇ ਮੂਹਰੇ ਆ ਗਿਆ। ਆਹ ਕਾਲੀ ਤੋਰੀ ਲੱਗੀ ਹੈ, ਮਾਸ਼ਾਅੱਲਾ ਜੀ। ਥੋੜ੍ਹਾ ਜਿਹਾ ਦੂਰ ਹੋ ਜਾ, ਉੱਥੇ ਹੋ ਜਾ, ਉਹ ਪਿਛਲੇ ਬੰਨੇ ਦੇ ਹੋ ਲੈ। ਇਹ ਹੁਣ ਨੱਟ ਦੇ ਉੱਤੇ ਚੜ੍ਹ ਗਈ, ਸਾਰਿਆਂ ਨੇ ਨਾ ਉੱਤੇ ਬਾਂਸਾਂ ਤੱਕ ਸਿਰ ਫੜ ਲਿਆ ਜਾ ਕੇ, ਏਦਾਂ ਚੜ੍ਹੀ ਹੋਈ ਕਾਲੀ ਤੋਰੀ 'ਤੇ। ਐਂ ਵਿੱਚ ਨਾ ਅਸੀਂ ਕਾਲੀ ਰਾਤ ਬਣੀ ਪਈ ਆ, ਆ ਵਿੱਚ ਨੂੰ ਦਿਖਾ ਰਿਹਾ, ਵਿੱਚ ਨੂੰ ਚੱਲ ਹੁਣ ਆ ਕੇ ਗਾਹਾਂ ਦਿਖਾ ਦੇ, ਏਦਾਂ ਵਿੱਚ ਨੂੰ ਦਿਖਾ ਲੈ, ਏਦਾਂ ਕਾਲੀ ਰਾਤ ਆ। ਇਹ ਤਾਂ ਆਹ ਟਨਲ ਆ, ਇੱਧਰ ਆ ਕੇ ਦਿਖਾ, ਇਹਦੇ ਤੜਾਈ ਹੋ ਚੁੱਕੀ ਆ ਨਾ, ਏਦਾਂ ਭਾਵੇਂ ਚਾਹੇ ਦੋ ਚਾਰ ਕਦਮ ਵਿੱਚ ਚਲਿਆ ਜਾ ਯਾਰ, ਤੂੰ ਚਲਿਆ ਜਾ, ਕੁਛ ਵੀ ਨਹੀਂ ਹੈ ਅੰਦਰ, ਕੋਈ ਫੜ ਲੂ ਤੈਨੂੰ, ਏਦਾਂ ਚਲਿਆ ਜਾ, ਏਦਾਂ ਹੀ ਮੁੜਿਆ ਮੁੜਿਆ, ਬਹੁਤਾ ਗਾਹਾਂ ਚਲਾ ਗਿਆ, ਇੱਧਰ ਮੁੜਿਆ। ਹੈਂ ਅਸ਼ਕਲੀ ਕਹਿੰਦਾ ਡੇਰੇ ਨੂੰ ਆ ਜਾਓ, ਚਲੋ ਚਲੋ ਜੀ। ਆਹੋ ਸਰ, ਉਹ ਨਹੀਂ ਕਰਨੀ ਕੀ ਸ਼ਾ, ਉਹ ਸਬਜ਼ੀਆਂ ਵਾਲਾ, ਚਲੋ ਮੋਬਾਈਲ ਤੇਰਾ ਕੋਲ ਨਹੀਂ, ਉਹ ਜਿਹੜਾ ਖੀਰਾ, ਹਾਂ ਖੀਰੇ ਦੇ, ਖੀਰਾ ਅਸੀਂ ਮੁੜ ਕੇ ਦਿਖਾ ਦਾਂਗੇ। ਚਲੋ ਠੀਕ, ਅਸੀਂ ਮੁੜ ਕੇ ਖੀਰਾ ਦਿਖਾ ਦਿੰਦੇ ਆ ਕੇ, ਆ ਜਾਓ। ਅਸੀਂ ਅਸ਼ਕਲ ਜੀ ਕੋਲ ਚੱਲੇ ਹਾਂ ਚਾਹ ਪੀਣ ਜੀ, ਅਤੇ ਇੱਥੇ ਪਿੰਡਾਂ ਦੇ ਵਿੱਚ ਨਾ ਟਾਈਮ ਹੁੰਦਾ ਖੁੱਲ੍ਹਾ, ਕਿਉਂ ਕੰਮ ਥੋੜ੍ਹਾ ਹੁੰਦਾ ਸਾਨੂੰ, ਕੋਈ ਵਿਹਲ ਦਾ ਟਾਈਮ ਬਹੁਤਾ ਬਾਜੇ ਟਾਈਮ ਲੱਭ ਜਾਂਦਾ। ਹੁਣ ਇਸ ਟਾਈਮ ਸਬਜ਼ੀ ਸੁਬਜ਼ੀ ਤੋੜ ਲਈ, ਡੰਗਰਾਂ ਨੂੰ ਅਸੀਂ ਪੱਠੇ ਪੁੱਠੇ ਪਾ ਆਏ ਹਾਂ, ਮੈਂ ਸੰਨੀ ਕਰ ਗਿਆ, ਮੈਂ ਗਤਾਵਾ ਕਰ ਲਿਆ, ਮੈਂ ਫੁੱਲ ਬਹੁਤ ਲੱਗਾ ਹੋਇਆ ਹੁਣ ਕਾਲੀ ਤੋਰੀ ਨਾਲ। ਆਹ ਦੇਖੋ ਇੱਥੋਂ, ਆਹ ਦੇਖੋ ਇੱਧਰੋਂ ਜ਼ਰਾ ਨਜ਼ਰ ਮਾਰੋ ਨਾ, ਹਾਂਜੀ ਫੁੱਲ ਬਹੁਤ ਲੱਗਿਆ, ਆਹ ਦੇਖੋ ਕਿਸ ਤਰ੍ਹਾਂ ਫੁੱਲਾਂ ਨਾਲ ਨਾ ਭਰੀ। ਆਹ ਮਾਸ਼ਾਅੱਲਾ ਦੇਖ ਉੱਤੇ ਕਿਵੇਂ ਚੜੀ ਹੋਈ, ਦਿਖਾ ਕੈਮਰਾ ਮੈਨ ਜੇ ਕਿਸੇ ਤਰ੍ਹਾਂ ਦਿਖਾ ਸਕਦਾ। ਆਹ ਦੇਖ ਫੁੱਲ, ਪਹਿਲ ਨਾ ਤੂੰ ਸਿੱਧਾ ਪੁੱਠਾ ਕਰ, ਤੂੰ ਬਸ ਏਦਾਂ ਸਿੱਧਾ ਰੱਖ ਕੇ ਦੁਕਾਨ ਤੁਰ ਪੈ, ਦਿਖਾ ਦੇ। ਹਾਂ ਦੇਖ ਕਿੱਦਾਂ ਐਂ ਬਣਿਆ ਪਿਆ, ਜਿੱਦਾਂ ਛਪਰਾ ਨਹੀਂ ਪਾਇਆ ਹੁੰਦਾ, ਉਹ ਮੁੜਿਆ ਪਿੱਛੇ ਬਹੁਤ ਦੂਰ ਚਲਾ ਗਿਆ, ਸਪੀਕਰ ਵੀ ਨਹੀਂ ਚੱਲਣੇ ਏਡੀ ਦੂਰ ਤਾਂ। ਹਾਂ ਤੇ ਗਤਾਵਾ ਜੀ ਮੈਂ ਕਰ ਆਇਆ, ਮੈਂ ਤਾਂ ਪਾਉਂਦਾ ਡੰਗਰਾਂ ਨੂੰ ਇਕੱਲੀ ਤੂੜੀ, ਇਹ ਪੱਠਿਆਂ ਵਾਲੇ ਆ, ਬਾਕੀ ਇਹਨਾਂ ਨੇ ਪੱਠੇ ਪੁੱਠੇ ਪਾਲੇ। ਫਿਰ ਜਦੋਂ ਜ਼ਿਮੀਂਦਾਰੇ ਦਾ ਇਹੀ ਕੰਮ ਆ ਬਾਬਾ, ਜਦੋਂ ਤਾਂ ਕੰਮ ਹੁੰਦੇ ਆ ਉਦੋਂ ਸਿਰ ਖੁਰਕਣ ਦਾ ਟਾਈਮ ਨਹੀਂ ਹੁੰਦਾ, ਅਤੇ ਜਦੋਂ ਵਿਹਲ ਲੱਗਦੀ ਆ ਤਾਂ ਫਿਰ ਬੰਦਾ ਸੌਂ ਸੌਂ ਕੇ ਵੀ ਥੱਕ ਜਾਈਦਾ, ਹੁੱਕਾ ਪੀ ਪੀ ਥੱਕ ਜਾਈਦਾ। ਅਤੇ ਇੱਦਾਂ ਇਹ ਆ ਵੀ ਡੇਰੇ ਡੰਡੇ ਜਿਹੜੇ ਲਾਗੇ ਲਾਗੇ ਹੁੰਦੇ ਆ ਨਾ, ਫਿਰ ਇੱਕ ਦੂਜੇ ਦੇ ਅਸੀਂ ਪ੍ਰਾਹੁਣੇ ਬਣਦੇ ਰਹਿੰਦੇ ਹਾਂ। ਤਾਂ ਹੁਣ ਤੂੰ ਗਾਹਾਂ ਆ ਜਾ, ਦੌੜ ਕੇ ਚੱਲ ਜਾ, ਦੇਖੀ ਤੂੰ ਖੁੱਸਾ ਆਪਣਾ ਖਰਾਬ ਕਰ ਲੈਣਾ, ਤੂੰ ਬੰਨੇ 'ਤੇ ਚੜ੍ਹਨਾ। ਆ ਜਾ, ਬਹੁਤ ਸੋਹਣਾ ਖੁੱਸਾ ਤੇਰਾ, ਨਾ ਖੁੱਸਾ ਨਾ ਬਾਈ ਖਰਾਬ ਕਰਨਾ, ਪ੍ਰਾਹੁਣਾ ਤੂੰ ਯਾਰ, ਤੂੰ ਇੱਧਰ ਆ ਜਾ।
ਉਹ ਯਾਰ ਤੂੰ ਬੰਨੇ ਤੇ ਚੜ ਜਾ, ਮੈਂ ਕਹੀ ਜਾਣਾ ਕਾਹਨੂੰ ਗੁੱਸਾ, ਜੁੱਤੀ ਖਰਾਬ ਕਰੀ, ਉਹ ਮਾਮੇ ਦੇ ਗਾਹਾਂ ਤੇ ਚੱਲ ਜਾ, ਗਾਹਾਂ ਤੋਂ ਮਾਮੇ ਤੋਂ ਗਾਹਾਂ ਟੱਪ ਜਾ। ਇਹ ਜੀ ਸਾਡੇ ਕੋਲ ਬੰਦਾ ਆਇਆ ਸੀ ਇਹ ਮਿਲਣ ਵਾਸਤੇ ਸਾਨੂੰ, ਤੇ ਇੱਥੋਂ ਰਝਾਣੇ ਤੋਂ, ਤੇ ਅਸੀਂ ਇਸੇ ਨੂੰ ਫੜ ਲਿਆ, ਕੈਮਰਾਮੈਨ ਬਣਾ ਲਿਆ। ਹਾਂ ਆ ਰਿਹਾ ਮੈਂ। ਅੱਛਾ ਮੈਂ ਕਹਿੰਦਾ ਸੀ ਵੀ ਜਿਹੜੇ ਡੇਰੇ ਇੱਥੇ ਲਾਗੇ ਲਾਗੇ ਹੁੰਦੇ, ਤੁਰਿਆ ਚੱਲ ਯਾਰ ਨਾਲ ਨਾਲ ਤੁਰਿਆ ਚੱਲ, ਮੈਂ ਕਹਿੰਦਾ ਸੀ ਵੀ ਜਿਹੜੇ ਲਾਗੇ ਲਾਗੇ ਡੇਰੇ ਹੁੰਦੇ ਆ ਨਾ, ਅਸੀਂ ਇੱਕ ਦੂਜੇ ਦੇ ਪਰਾਹੁਣੇ ਬਣ ਜਾਂਦੇ ਹਾਂ, ਵੀ ਹੁਣ ਮਾਮੇ ਕੋਲ ਗਏ ਹਾਂ ਚਾਹ ਪੀਤੀ ਆ ਨਾ, ਘੰਟੇ ਕੁ ਤਾਈਂ ਮਾਮਾ ਸਾਡੇ ਵੱਲ ਨੂੰ ਆਜੂ, ਇਹ ਇੱਦਾਂ ਫਿਰ ਅਸੀਂ ਇੱਕ ਦੂਜੇ ਕੋਲ ਚਾਹ ਚੂਹ ਪੀਂਦੇ ਰਹਿੰਦੇ ਹਾਂ, ਅਤੇ ਹੁੱਕਾ ਛਿੱਕ ਲਿਆ ਜਾ ਕੇ, ਗੱਲਾਂ ਬਾਤਾਂ ਕਰ ਲਈਆਂ, ਸਿਆਸਤ ਦੀਆਂ ਗੱਲਾਂ ਬੜੀਆਂ ਕਰਦੀਆਂ, ਸਰਕਾਰਾਂ ਦੀਆਂ, ਹਕੂਮਤਾਂ ਦੀਆਂ, ਮੁਲਕਾਂ ਦੀਆਂ, ਬੜੀ ਦੂਰ ਦੂਰ ਤੱਕ ਫਿਰ ਗੱਲਾਂ ਅਸੀਂ ਕਰਦੇ ਹਾਂ, ਟਾਈਮ 'ਚ ਬਹੁਤ ਹੁੰਦਾ, ਟਾਈਮ ਖੁੱਲ੍ਹਾ ਹੁੰਦਾ। ਤੇ ਅੱਜ ਤੁਹਾਨੂੰ ਅੱਜ ਸਬਜ਼ੀ ਸੁਬਜ਼ੀ ਦਿਖਾਈ, ਮੈਂ ਤਾਂ ਕਹਿੰਦਾ ਬੰਦ ਕਰ ਲਾ ਗਾਂ ਡੇਰੇ ਜਾ ਕੇ। ਸਿਆਣੇ ਕਹਿੰਦੇ ਵੀ ਸਲੂਕ ਐਸੀ ਸ਼ੈ ਹੁੰਦੀ ਆ, ਆਹ ਦੇਖੋ ਬਈ ਉਹ ਗਾਂ ਆ ਤੇ ਉਹਨੂੰ ਥੱਲੇ ਕੱਟਾ ਚੁੰਘੀ ਜਾਂਦਾ, ਇਹ ਡੰਗਰਾਂ ਦੇ ਵਿੱਚ ਇੰਨਾ ਦਿਖਾ ਵੀ ਦੇ, ਉਹਨੂੰ ਦੇਖਣ ਦੇ ਆ ਆਉਣ ਰਹੀ ਆ। ਹਾਂ ਡੰਗਰਾਂ 'ਚ ਇੰਨਾ ਸਲੂਕ ਆ, ਇੱਥੇ ਬੰਦਿਆਂ 'ਚ ਹੈ ਨਹੀਂ, ਇੱਥੇ ਕੋਈ ਓਪਰੇ ਕੋਈ ਓਪਰਾ ਨਹੀਂ ਬਹਿੰਦਾ, ਅਤੇ ਆਹ ਦੇਖ ਲਾ ਹੁਣ ਇਹ ਦੇਖਣ ਨੂੰ ਤਾਂ ਉੱਭੜ ਆ ਇਹ, ਅਤੇ ਆਹ ਗਾਂ ਤੇ ਬੱਚਾ ਕੱਟਾ, ਉਹ ਕੱਟਾ ਚੁੰਘੀ ਜਾਂਦਾ ਗਾਂ ਨੂੰ, ਗਾਂ ਬੋਲਦੀ ਵੀ ਨਹੀਂ, ਛੜ ਨਹੀਂ ਮਾਰਦੀ। ਚੱਲ ਕਰ ਲਓ ਆ ਜਾ ਗਾਂ, ਆ ਜਾ ਜੀ। ਇਸ ਟਾਈਮ ਹੁਣ ਸ਼ਾਮਾਂ ਦੀਆਂ ਅਜ਼ਾਨਾਂ ਹੋਣ ਲੱਗੀਆਂ, ਇਸ ਟਾਈਮ ਅਸੀਂ ਆਪਣਾ ਰਸਤੇ ਦੇ ਵਿੱਚ ਨਾ ਉਹ ਟਮਾਟਰ ਰੱਖ ਰਹੇ ਹਾਂ, ਇਹ ਪੰਜ ਪੰਜ ਸਿਰ ਵਾਲੇ ਛਾਪਰ ਆ, ਉਹਦੇ ਵਿੱਚ ਰੱਖ ਕੇ ਅਸੀਂ ਮੰਡੀ ਭੇਜ ਦੇਣੀ, ਜਿਹੜੀ ਸਵੇਰ ਟਾਈਮ ਤੜਕੇ ਅਸੀਂ ਤੋੜਦੇ ਹਾਂ ਉਹ ਤੋੜਿਆਂ ਦੇ ਵਿੱਚ ਪਾ ਕੇ, ਉਹ ਵੱਡੀ ਮੰਡੀ ਆ ਲੈਲਪੁਰ ਦੀ ਸਰਦਾਰ ਬਾਈਪਾਸ, ਉੱਥੇ ਘਲਾਉਂਦੇ ਹਾਂ ਆਹ ਛਾਪਰਾਂ 'ਚ ਪੰਸੇਰੀ ਪੰਸੇਰੀ ਪਾ ਕੇ ਨਾ, ਅਤੇ ਉਹ ਅਸੀਂ ਘਲਾਈ ਦੀ ਇੱਥੇ ਲਾਗੇ ਲਾਗੇ ਨਿੱਕੀ ਨਿੱਕੀ ਮੰਡੀਆਂ 'ਚ। ਆਹ ਜਿੱਦਾਂ ਹੁਣ ਆਹ ਮੁੰਡਾ ਦਿਖਾ ਦੇ, ਦਿਖਾਉਣ ਦਿਆਂ, ਇਹ ਹੈ ਆਪਣਾ ਸ਼ਿਮਲਾ ਪਾਰਿਆ, ਇੱਦਾਂ ਸ਼ਿਮਲਾ, ਹੁਣ ਸ਼ਿਮਲਾ ਦੇ ਤੋੜੇ ਸਵੇਰੇ ਘਲਾ ਤੇ ਸੀਗੇ, ਜਿਹੜੀ ਬਚਦੀ ਹੈ ਫਿਰ ਉਹ ਇੱਦਾਂ ਛਾਪਰਾਂ 'ਚ ਪੰਸੇਰੀ ਪੰਸੇਰੀ ਪਾ ਕੇ ਆਹ ਇੱਦਾਂ ਰਸ਼ਕੇ 'ਚ ਰੱਖ ਕੇ ਅਤੇ ਗਾਂ ਅਸੀਂ ਪਹੁੰਚਾ ਦੇਣੀ। ਬੜੀ ਮਿਹਰਬਾਨੀ, ਆਹ ਸਾਡਾ ਅੱਜ ਦਾ ਵਲਾਗ ਸੀਗਾ, ਤੁਸੀਂ ਦੇਖਿਆ, ਤੁਹਾਡੀ ਵੀ ਮਿਹਰਬਾਨੀ। ਉਹ ਮੈਂ ਵਲਾਗ ਤਾਂ ਅਸੀਂ ਬੰਦ ਕਰਤਾ ਸੀਗਾ, ਪਰ ਉਹ ਰਸ਼ਕੇ ਵਾਲਾ ਲੜ ਪਿਆ, ਕਹਿੰਦਾ ਵੀ ਤੂੰ ਮੈਨੂੰ ਦਿਖਾਇਆ ਨਹੀਂ, ਮੇਰੀ ਵਿੱਚ ਗੱਲ ਹੀ ਨਹੀਂ ਕੀਤੀ, ਇਹਨੂੰ ਦਿਖਾ ਦੇ, ਹੇਠਾਂ ਨੂੰ ਹੋ ਜਾ, ਤੂੰ ਤਾਂ ਉਹਨੂੰ ਆ ਬੈਠਾ। ਕੀ ਨਾਂ ਤੇਰਾ? ਸ਼ਾਹਦ। ਸ਼ਾਹਦ ਆ ਜੀ ਇਹ ਮਲਕ? ਹਾਂਜੀ ਹਾਂ ਮਲਕ ਸ਼ਾਹਦ ਆ ਜੀ, ਬਹੁਤ ਸਾਊ ਮੁੰਡਾ, ਇਹ ਰਸ਼ਕੇ ਤੇ ਸਾਡੀ ਸਬਜ਼ੀ ਲੈ ਕੇ ਜਾਂਦਾ ਰੋਜ਼, ਅਤੇ ਮਿਹਰਬਾਨੀ ਮਲਕ ਸਾਹਿਬ। ਲਓ ਜੀ ਤੁਸੀਂ ਹੁਣ ਆ ਗਏ ਹਾਂ ਫਿਲਮ 'ਚ, ਆ ਗਏ ਇਹ ਆ ਗਿਆ ਜੀ ਕੈਮਰੇ, ਠੀਕ ਹੈ।